ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੁਤਬੇ ਬਾਬਤ ਗੁਰੂ ਗ੍ਰੰਥ ਸਾਹਿਬ ਦੀ ਅਗੰਮੀ ਬਾਣੀ ਇਹ ਫੁਰਮਾਨ ਕਰਦੀ ਹੈ, ਮੋਹਰ ਲਾਉਂਦੀ ਹੈ, ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸਕਾ ਰੂਪ। ਗੁਰੂ ਤੇ ਪਰਮੇਸ਼ਰ ਇੱਕ ਨੇ। ਮੂਰਤਾਂ ਤੇ ਜਿੰਨੀਆਂ ਤੁਸੀਂ ਦੇਖਦੇ ਹੋ, ਮੈਂ ਹਾਂ ਜਾਂ ਤੁਸੀਂ ਹੋ, ਸਾਰੀਆਂ ਹੀ ਰੱਬ ਨੇ ਘੜੀਆਂ। ਪਰ ਸਫਲਾ ਮੂਰਤ ਅਜ਼ਮਤ ਦੇ ਸਹਿਤ, ਕਲਾ ਦੇ ਸਹਿਤ, ਅਕਾਲ ਪੁਰਖ ਦੀ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ। ਤੋ ਜਿਹੜਾ ਟਰਾਂਸੈਂਡੈਂਟ ਲੋਰਡ ਹੈ, ਹਰ ਜ਼ਰੇ 'ਚ ਪ੍ਰਗਟ ਹੈ, ਹੀ ਇਜ਼ ਕਾਲਡ ਗੁਰੂ ਗੋਬਿੰਦ ਸਿੰਘ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੁਨੀਆ ਦੇ ਉੱਤੇ ਪ੍ਰਗਟ ਹੋਏ ਔਰ ਬਚਿੱਤਰ ਨਾਟਕ ਵਿੱਚ ਆਪਣੀ ਆਟੋਬਾਇਓਗ੍ਰਾਫੀ ਪਿਛਲੇ ਜਨਮ ਦੀ ਲਿਖ ਦਿੱਤੀ। ਦੇਖੋ, ਸਾਡੀ ਜਿਹੜੀ ਹਸਤੀ ਹੈ, ਸਾਨੂੰ ਨਹੀਂ ਪਤਾ ਪਿੱਛੇ ਅਸੀਂ ਕੌਣ ਸੀ ਅਤੇ ਅਗਾਂਹ ਅਸੀਂ ਕੀ ਬਣਨਾ ਹੈ। ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵਹੋ ਹਮ ਆਏ। ਕਿੱਥੋਂ ਆਏ ਹਾਂ, ਕਿਹੜੇ ਕਿਹੜੇ ਜਨਮ ਅਸੀਂ ਭੋਗੇ ਨੇ, ਕਿੰਨਾ ਕਰਮਾਂ ਕਰਕੇ ਜੂਨਾਂ ਭੋਗੀਆਂ ਨੇ, ਅਸੀਂ ਕੁਝ ਨਹੀਂ ਜਾਣਦੇ। ਪਰ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ, ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ। ਗੁਰਦੇਵ ਤੋਂ ਬਾਹਰ ਕੁਝ ਵੀ ਨਹੀਂ ਹੈ, ਨਥਿੰਗ ਇਜ਼ ਬਿਓਂਡ ਗੁਰੂ ਗੋਬਿੰਦ ਸਿੰਘ। ਉਹ ਸਭ ਜਾਣਦਾ ਹੈ, ਕਿਉਂਕਿ ਦੁਨੀਆਂ ਦਾ ਕਰਤਾ ਹੈ, ਦੁਨੀਆਂ ਦਾ ਰਚਨਹਾਰ ਹੈ। ਫਾਰਸੀ ਵਿੱਚ ਭਾਈ ਨੰਦ ਲਾਲ ਨੇ ਇਹ ਜ਼ਿਕਰ ਕੀਤਾ ਹੈ, ਆਲਮ ਉਲ ਅਸਤਾਰ ਗੁਰੂ ਗੋਬਿੰਦ ਸਿੰਘ, ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਇਸ ਆਲਮ ਦੀਆਂ ਛੁਪੀਆਂ ਤੇ ਗੁਪਤ ਗੱਲਾਂ ਨੂੰ ਜਾਣਦਾ ਹੈ, ਜੋ ਚੌਵਾਂ ਯੁੱਗਾਂ ਦਰਮਿਆਨ ਵਾਪਰੀਆਂ ਨੇ, ਕਿਉਂਕਿ ਉਹ ਚੌਵਾਂ ਯੁੱਗਾਂ ਵਿੱਚ ਆਪ ਪ੍ਰਗਟ ਹੈ। ਤੂੰ ਸਤਿਗੁਰ ਚਹੋ ਜੁਗੀ ਆਪ ਆਪੇ ਪਰਮੇਸ਼ਰ। ਅਬਰੇ ਬਦਲਾਂ ਨੂੰ ਕਿਹਾ ਜਾਂਦਾ, ਰਹਿਮਤ ਮਿਹਰਬਾਨੀਆਂ, ਕਿਰਪਾ ਮਿਹਰਬਾਨੀ ਬਖਸ਼ਿਸ਼, ਇਹਦਾ ਬਦਲ ਹੈ ਗੁਰੂ ਗੋਬਿੰਦ ਸਿੰਘ। ਮਨ ਦੀ ਝੋਲੀ ਨਾਮ ਨਾਲ ਭਰ ਦਿੰਦਾ ਤੇ ਤਨ ਦੀ ਝੋਲੀ ਪਦਾਰਥਾਂ ਨਾਲ ਭਰ ਦਿੰਦਾ। ਤੋ ਸਭ ਜਾਣਦਾ ਹੈ, ਪਿਛਲੇ ਜਨਮ ਦੀ ਬਾਤ ਪਾਉਂਦੇ ਨੇ ਜਦੋਂ ਦੁਸ਼ਟ ਦਮਨ ਸਨ। ਉਹ ਕਹਿੰਦੇ ਮੈਂ ਇਸੇ ਹੀ ਮਾਤ ਲੋਕ ਦੇ ਇੱਕ ਹਿੱਸੇ ਸਪਤ ਸ੍ਰਿੰਗ ਜਿੱਥੇ ਹਿਮਕੁੰਟ ਹੈ ਤਪੱਸਿਆ ਕਰਦਾ ਰਿਹਾ ਆਪਣੇ ਨਿਰਗੁਣ ਸਰੂਪ ਅਕਾਲ ਦੀ। ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹੇ ਬਿਧ ਮੋਹਿਆਨੋ। ਮੈਨੂੰ ਮੇਰੇ ਨਿਰਅਕਾਰ ਨਿਰੰਕਾਰ ਅਕਾਲ ਸਰੂਪ ਨੇ ਸੱਦਿਆ ਹੈ। ਕਹਿੰਦੇ ਇੱਧਰ ਪਰਬਤਾਂ 'ਤੇ ਬੈਠੇ ਹੋ, ਇਹ ਚੋਲਾ ਛੱਡ ਦਿਓ, ਇਹ ਸਰੀਰ ਛੱਡ ਦਿਓ, ਹੁਣ ਤੁਹਾਡਾ ਸਮਾਂ ਆਇਆ ਹੈ ਗੁਰੂ ਨਾਨਕ ਦੇ ਤਖ਼ਤ ਦੇ, ਮੇਰੇ ਤਖ਼ਤ ਦੇ ਤੁਸੀਂ ਦਸਵੇਂ ਵਾਰਸ ਬਣਨਾ ਹੈ। ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਬੇ ਕਹ ਸਾਜਾ। ਦੁਨੀਆਂ ਦੇ ਉੱਤੇ ਪੰਥ ਚਲਾਉਣਾ ਹੈ, ਗੁਰੂ ਨਾਨਕ ਸਾਹਿਬ ਨੇ ਜਿਹੜਾ ਸਿੱਖ ਧਰਮ ਚਲਾਇਆ ਇਹਨੂੰ ਖਾਲਸਾ ਪੰਥ ਵਿੱਚ ਤਬਦੀਲ ਕਰਨਾ ਹੈ, ਸਿੱਖ ਨੂੰ ਸਿੰਘ ਬਣਾਉਣਾ ਹੈ। ਕਹਿੰਦੇ ਮੈਂ ਹੱਥ ਜੋੜ ਦਿੱਤੇ, ਚਾਹੁੰਦਾ ਤੇ ਨਹੀਂ ਸੀ ਦੁਨੀਆਂ 'ਤੇ ਫਿਰ ਆਉਣਾ ਪਿਆ, ਅਤੇ ਮੈਂ ਕਿਹਾ ਮਹਾਰਾਜ ਅਕਾਲ ਪੁਰਖ ਨਵਾਂ ਰਸਤਾ ਚਲਾਉਣਾ ਹੈ, ਇੱਥੇ ਬੜੀਆਂ ਪਗਡੰਡੀਆਂ ਨੇ, ਜੇ ਮੈਂ ਡਾਂਗ ਲੈ ਕੇ ਖਲੋ ਵੀ ਗਿਆ ਤਾਂ ਝਗੜਾ ਹੋਵੇਗਾ, ਲੋਕ ਗਿੱਝੇ ਨੇ ਜਿਸ ਰਸਤੇ 'ਤੇ ਚੱਲਣ, ਕਿਵੇਂ ਉਹ ਰਸਤਾ ਬਦਲਿਆ ਜਾ ਸਕਦਾ। ਲੋਕ ਕਬਰਾਂ ਪੂਜਦੇ ਨੇ, ਮੂਰਤਾਂ ਦੇ ਪੁਜਾਰੀ ਨੇ, ਮੈਂ ਤੁਹਾਨੂੰ ਅਕਾਲ ਪੁਰਖ ਨੂੰ ਜਪਣਾ ਅਤੇ ਤੁਹਾਡਾ ਹੀ ਨਾਮ ਜਪਾਉਣਾ ਹੈ, ਕਿਵੇਂ ਹੋਵੇਗਾ। ਕਹਿੰਦੇ ਅਕਾਲ ਪੁਰਖ ਨੇ ਆਖਿਆ ਸੀ ਤੁਸੀਂ ਮੇਰੇ ਫਰਜ਼ੰਦ, ਮੇਰਾ ਰੂਪ ਹੋ, ਮੇਰੀ ਸਾਰੀ ਜਾਇਦਾਦ ਤੁਹਾਡੀ, ਮੇਰੀ ਸਾਰੀ ਕਰਾਮਾਤ ਤੁਹਾਡੀ। ਕਹਿੰਦੇ ਮੈਂ ਹਾਮੀ ਭਰ ਦਿੱਤੀ, ਸਮਾਂ ਆਇਆ ਮੁਰ ਪਿੱਤ ਪੁਰਬ ਕੀ ਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ,
ਮੇਰੇ ਪਿਤਾ ਗੁਰੂ ਤੇਗ ਬਹਾਦਰ ਅਕਾਲ ਪੁਰਖ ਦੇ ਨੌਵੇਂ ਸਰਗੁਣ ਸਰੂਪ ਗੁਰੂ ਨਾਨਕ ਦੇ ਤਖਤ ਦੇ ਵਾਰਸ ਤੀਰਥਾਂ 'ਤੇ ਵਿਚਰ ਰਹੇ ਨੇ। ਇਹ ਪੰਕਤੀਆਂ ਪੜ੍ਹ ਕੇ ਕਈ ਮੇਰੇ ਅਨਭੋਲ ਵੀਰ ਉਹ ਕਹਿ ਦਿੰਦੇ ਜੀ ਇਹ ਤਾਂ ਬ੍ਰਾਹਮਣਵਾਦ ਦੀ ਗੱਲ ਹੈ, ਦਸਮ ਬਾਣੀ ਫਿਰ ਬ੍ਰਾਹਮਣ ਨੇ ਲਿਖੀ ਹੋਵੇਗੀ, ਤੀਰਥਾਂ 'ਤੇ ਜਾਣ ਦੀ ਗੱਲ ਕਹੀ। ਨਹੀਂ, ਗੁਰਦੇਵ ਤੀਰਥਾਂ 'ਤੇ ਪੂਜਾ ਪ੍ਰਤਿਸ਼ਠਾ ਕਰਨ ਨਹੀਂ ਗਏ, ਉਹ ਤਾਂ ਆਪ ਅਕਾਲ ਸਰੂਪ ਨੇ, ਉਹਨਾਂ ਨੂੰ ਕੀ ਲੋੜ ਹੈ ਦੇਵਤਿਆਂ ਨੂੰ ਧਿਆਉਣ ਦੀ। ਕਿਸ ਲਈ ਗਏ ਨੇ? ਨਾਨਕ ਭੁੱਲੇ ਗੁਰ ਸਮਝਾਵੈ, ਏਕ ਦਿਖਾਵੈ ਸਾਚ ਟਿਕਾਵੈ। ਤੀਰਥਾਂ 'ਤੇ ਇਕੱਠ ਬੜਾ ਹੁੰਦਾ ਹੈ, ਸਮਝਾਇਆ ਗੁਰਾਂ ਨੇ ਜਾ ਕੇ, ਚਾਹੇ ਉਹ ਕਾਬਾ ਹੈ ਅਤੇ ਚਾਹੇ ਹਰਿਦੁਆਰ ਹੈ। ਲੋਕੋ, ਤੁਸੀਂ ਕ੍ਰਿਤ ਨਾਲ ਜੁੜ ਗਏ ਹੋ। ਮੈਂ ਨਹੀਂ ਕਹਿੰਦਾ ਦੇਵੀ ਦੇਵਤਿਆਂ ਦਾ ਨਿਰਾਦਰ ਕਰੋ, ਅਦਬ ਕਰੋ, ਪਰ ਅਕਾਲ ਪੁਰਖ ਦੇ ਗੀਤ ਗਾਓ। ਉਹੀ ਕਰਤਾ ਹੈ, ਉਹੀ ਰਚਨਹਾਰ ਹੈ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਤੀਰਥਾਂ 'ਤੇ ਗਏ। ਜਬ ਹੀ ਜਾਤ ਤ੍ਰਿਵੈਣੀ ਭਏ, ਪੁੰਨ ਦਾਨ ਦਿਨ ਕਰਤ ਬਿਤਏ। ਜਦੋਂ ਤ੍ਰਿਵੈਣੀ ਪਹੁੰਚੇ, ਜਿੱਥੇ ਤਿੰਨ ਪ੍ਰਵਾਹਾਂ ਦਾ ਇਕੱਠ ਹੈ, ਤਿੰਨ ਨਦੀਆਂ ਦਾ ਸੰਗਮ ਹੈ, ਗੰਗਾ ਜਮਨਾ ਸਰਸਵਤੀ, ਇੱਥੇ ਦਾਨ ਪੁੰਨ ਕੀਤਾ। ਤੋ ਇੱਥੇ ਵੀ ਸ਼ੰਕਾ ਮੇਰੇ ਵੀਰ ਕਰ ਲੈਂਦੇ ਨੇ, ਬ੍ਰਾਹਮਣ ਨੂੰ ਤੇ ਜਿਹੜਾ ਦਾਨ ਕਰਨਾ ਹੈ ਉਹ ਹਿੰਦੂ ਲੋਕ ਹੀ ਕਰਦੇ ਨੇ, ਅਤੇ ਇਹ ਗ੍ਰੰਥ ਹਿੰਦੂ ਵੀਰਾਂ ਦਾ ਲਿਖਿਆ ਹੋਵੇਗਾ। ਤੋ ਵੀਰ ਧਿਆਨ ਦਿਓ, ਅਕਾਲ ਪੁਰਖ ਗੁਰੂ ਪਰਮੇਸ਼ਰ ਸਭ ਤੋਂ ਵੱਡੇ ਦਾਤੇ ਨੇ। ਸਤਿਗੁਰ ਦਾਤਾ ਸਭਨਾ ਵਥੋ ਕਾ ਪੂਰੇ ਭਾਗ ਮਿਲਾਵਣਿਆ। ਗੁਰੂ ਪਰਮੇਸ਼ਰ ਦਾਤਾਰ ਨੇ, ਝੋਲੀਆਂ ਭਰਨ ਵਾਲੇ ਨੇ। ਤੋ ਗੁਰੂ ਇਜ਼ ਦਾ ਗਿਵਰ ਆਫ ਆਲ ਥਿੰਗਸ। ਕਿੱਧਰ ਦੌੜੇ ਫਿਰਦੇ ਹੋ? ਕ੍ਰਾਈਸਟ ਝੋਲੀ ਭਰੇਗਾ, ਮੁਹੰਮਦ ਝੋਲੀ ਭਰੇਗਾ, ਦੇਵਤੇ ਕਬਰਾਂ ਝੋਲੀ ਭਰਨਗੇ। ਠੀਕ ਹੈ, ਕੁਝ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ ਮਹਾਂਪੁਰਸ਼ਾਂ ਕੋਲ, ਪਰ ਇਹਨਾਂ ਸਭ ਦੇਵੀ ਦੇਵਤੇ ਰਹਿਬਰਾਂ ਨੂੰ ਭੇਜਣ ਵਾਲਾ ਅਕਾਲ ਸਰੂਪ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਸਭ ਖਜ਼ਾਨਿਆਂ ਦਾ ਖਜ਼ਾਨਚੀ ਹੈ। ਉਹਦੇ ਨਾਲੋਂ ਵੱਧ ਕੇ ਝੋਲੀ ਨਹੀਂ ਕਿਸੇ ਨੇ ਭਰਨੀ। ਜੇ ਦੇਵੀ ਦੇਵਤਿਆਂ ਝੋਲੀ ਭਰ ਵੀ ਦਿੱਤੀ ਤਾਂ ਮੁਕਤੀ ਨਹੀਂ ਦੇਣ ਜੋਗੇ। ਗੁਰੂ ਪਰਮੇਸ਼ਰ ਸਤਿਗੁਰ ਦਾਤਾ ਮੁਕਤ ਕਰਾਏ, ਰੋਗਾਂ ਤੋਂ ਸੋਗਾਂ ਤੋਂ 84 ਲੱਖ ਜੂਨਾਂ ਤੋਂ ਮੁਕਤੀ ਦਿੰਦਾ ਹੈ। ਮੈਂ ਇੱਕ ਬੇਨਤੀ ਕਰ ਦੇਵਾਂ, ਮੇਰਾ ਕੋਈ ਭਾਵ ਵਿਦਵਤਾ ਜ਼ਾਹਿਰ ਕਰਨ ਦਾ ਨਹੀਂ ਹੁੰਦਾ, ਅੰਗਰੇਜ਼ੀ ਦੇ 2-4 ਲਫ਼ਜ਼ ਬੋਲਣੇ। ਇਹ ਜਿਹੜੀ ਈਸਾਈ ਜਮਾਤ ਹੈ ਨਾ, ਇਹ ਬੜਾ ਪ੍ਰਚੰਡ ਪ੍ਰਚਾਰ ਕਰ ਰਹੀ ਹੈ ਪੈਸੇ ਨਾਲ। ਲੋਕ ਸਮਝਦੇ ਨੇ ਇਹਨਾਂ ਦੇ ਵਿਦਵਾਨ ਬੜੇ ਐਜੂਕੇਟਡ ਨੇ, ਤੋ ਬੜੀ ਐਜੂਕੇਟਡ ਦੁਨੀਆ ਇਹਨਾਂ ਨੂੰ ਸੁਣਦੀ ਹੈ। ਉਹਨਾਂ ਨੂੰ ਦਰਸਾਉਣਾ ਪੈਂਦਾ ਵੀ ਸਿੱਖ ਵਿਦਵਾਨ ਵੀ ਘੱਟ ਨਹੀਂ, ਕੋਈ ਜਿੱਥੇ ਮਰਜ਼ੀ ਚਰਚਾ ਕਰ ਲਿਓ। ਹਜੇ ਕਿ ਸਾਡੀ ਲੈਂਗੁਏਜ ਗੁਰਮੁਖੀ ਹੈ, ਹਜ਼ਾਰਾਂ ਲੈਂਗੁਏਜਾਂ ਛੱਡ ਕੇ ਸਾਡੇ ਬਾਪੂ ਗੁਰੂ ਨਾਨਕ ਸਾਹਿਬ ਨੇ ਗੁਰਮੁਖੀ ਚੁਣੀ। ਤੋ ਇਹਦਾ ਭਾਵ ਸਮਝਿਓ, ਕਿਹੜੇ ਲੋਰਡ ਪਿੱਛੇ ਫਿਰਦੇ ਹੋ? ਗੁਰੂ ਗੋਬਿੰਦ ਸਿੰਘ ਇਸ ਦਾ ਲੋਰਡ, ਖੁਦਾਇਆ ਗੁਰੂ ਗੋਬਿੰਦ ਸਿੰਘ ਹੈ। ਕਦੇ ਪੜ੍ਹਿਓ ਇੰਗਲਿਸ਼ ਦੀ ਟੀਕਾਕਾਰੀ। ਤੋ ਮੈਂ ਸਾਰਿਆਂ ਨੂੰ ਖੁੱਲ੍ਹੀ ਚਰਚਾ ਦਾ ਸੱਦਾ ਦਿੰਦਾ ਹੁੰਦਾ ਹੈ, ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਕੋਈ ਰਹਿਬਰ ਨਹੀਂ। ਲਿਆਓ ਆਪੋ ਆਪਣਾ ਇਤਿਹਾਸ, ਪਤਾ ਲੱਗ ਜਾਵੇ ਕਿਹਦੀ ਅਜ਼ਮਤ ਸਭ ਤੋਂ ਬੁਲੰਦ ਹੈ। ਗੁਰੂ ਤੇਗ ਬਹਾਦਰ ਅਕਾਲ ਸਰੂਪ ਨੇ ਤੀਰਥਾਂ 'ਤੇ ਮੰਗਤੇ ਆ ਗਏ, ਬ੍ਰਾਹਮਣ ਆ ਗਏ, ਛੱਤਰੀ ਆ ਗਏ, ਬਾਪੂ ਝੋਲੀਆਂ ਭਰਤੇ, ਉਹਨੇ ਝੋਲੀਆਂ ਭਰ ਦਿੱਤੀਆਂ। ਗੁਰੂ ਗੋਬਿੰਦ ਸਿੰਘ ਕਹਿੰਦੇ ਉਸ ਵਕਤ ਅਕਾਲੀ ਜੋਤ ਮਾਤਾ ਗੁਜਰੀ ਦੇ ਪੇਟ ਵਿੱਚ ਪ੍ਰਕਾਸ਼ਵਾਨ ਹੋਈ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਾਵ ਲਇਓ। ਪ੍ਰਕਾਸ਼ ਤੋਂ ਬਾਅਦਾਂ ਮਾਤਾ ਜੀ ਨੂੰ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਪਟਨੇ ਟਿਕਾ ਦਿੱਤਾ ਆਪਦੀ ਮਾਂ ਨਾਨਕੀ ਦੇ ਨਾਲ, ਸਾਡੇ ਮਾਮਾ ਕਿਰਪਾਲ ਚੰਦ ਦੇ ਨਾਲ, ਹੋਰ ਸਿੱਖਾਂ ਸੇਵਕਾਂ ਨਾਲ। ਜੋਤ ਸਾਡੀ ਪ੍ਰਕਾਸ਼ਵਾਨ ਰੂਹੇ ਜ਼ਮੀਨ 'ਤੇ ਤ੍ਰਿਵੈਣੀ ਹੁੰਦੀ ਹੈ, ਅਤੇ ਸਰੀਰ ਸਾਡਾ ਪ੍ਰਗਟ ਹੁੰਦਾ ਪਟਨਾ ਸ਼ਹਿਰ ਆ ਕੇ। ਅਤੇ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਦੇ ਵਿੱਚ ਲੁਕਾਈ ਨੂੰ ਤਾਰ ਰਹੇ ਸਨ। ਇਹ ਕਿਹੜਾ ਦਿਹਾੜਾ ਹੈ ਜੀ? ਪੋਹ ਸੁਦੀ ਸੱਤਵੀਂ, 1723 ਬਿਕਰਮੀ ਸੰਮਤ। ਪਟਨਾ ਸ਼ਹਿਰ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਆਗਾਜ਼ ਹੋਇਆ।
ਇਹ ਕੌਣ ਆਇਆ ਹੈ? ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋ ਮੋਹ ਚੁਕਾਇਆ, ਜਗ ਜੀਵਨ ਦਾਤਾ ਪਾਇਆ। ਅਕਾਲ ਪੁਰਖ ਆਪ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ ਤੇ ਜਿਹੜਾ ਇਹਦੀ ਸ਼ਰਨ ਆਵੇਗਾ ਉਹ ਮੁਕਤੀ ਪਾਵੇਗਾ, ਲਿਬਰੇਸ਼ਨ ਪਾਵੇਗਾ। ਜਗਤ ਦੇ ਜੀਵਨ ਦਾ ਆਧਾਰ ਗੁਰੂ ਗੋਬਿੰਦ ਸਿੰਘ ਦੁਨੀਆਂ 'ਤੇ ਆ ਗਏ।